ਤੇ ਉਸ ਤੋਂ ਬਾਅਦ ਸਾਡਾ ਆਨੰਦ ਕਾਰਜ ਹੋਣ ਤੋਂ ਬਾਅਦ ਬਈ ਤੇ ਇਹ ਅਸੀਂ ਡੋਲੀ ਤੁਰੀ ਆ ਗੱਡੀ ਚ ਬਿਠਾ ਲਏ ਆ ਅੱਧੇ ਘਰ ਆਏ ਆ ਮੈਡਮ ਪਾਣੂ ਚੱਕਣ ਲੱਗ ਗਈ सोची पे मैं कदम नहीं पा देनी मेरे नहीं करा मैं व्याह करा ਮੈਂ ਕਿਹਾ ਪਾਲੀ ਆਏ ਕਿ ਪਾਲੀ ਕਹਿੰਦੇ ਪਾਲੀ ਕੋਈ ਚੱਕਰ ਨੀ ਤੇ ਵਿਚਾਰੀ ਦੀ ਜਿੰਨਾ ਅਜੇ ਵੀ ਪਈਆਂ ਪੇਟੀ ਦੇ ਵਿੱਚ ਹੀ ਇਹ ਵਗੈਰਾ ਹੁੰਦਾ ਸੀ ਕੱਪੜੇ ਕੋਈ ਵੀ ਨੀ ਮਾੜੇ ਉਸ ਤੋਂ ਬਾਅਦ ਫਿਰ ਫੱਟੇ ਤੇ ਚੜਾਇਆ ਗਿਆ ਸਾਨੂੰ ਦੋਨਾਂ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਧੱਕਾ ਮਾਰ ਕੇ ਪਹਿਲਾਂ ਮੈਨੂੰ ਲਾਇਆ ਕਹਿੰਦਾ ਇਹਦੀ ਚੱਲੇ ਫੱਟਾ ਫੁੱਟਾ ਕੌਣ ਨੀ ਕਰਦਾ ਬਈ ਜਿੰਨੀਆਂ ਘਰ ਫੱਟੇ ਨੂੰ ਥੱਲੇ ਉੱਤਰਦਾ ਹੁੰਦਾ ਨਾ ਜਿਹੜਾ ਪਹਿਲਾਂ ਉਤਰ ਗਿਆ ਉਹਦੀ ਚੱਲੂਗੀ ਹਨਾ ਮੈਂ ਤਾਂ ਸਾਲਾ ਪਹਿਲਾਂ ਉਤਰ ਕੇ ਵੇਖ ਲਿਆ ਮੇਰੀ ਤਾਂ ਫੇਰ ਨਹੀਂ ਜਾਂਦੀ ਟੁੱਟੀ ਜੀ ਛੱਡ ਕੇ ਤੇ ਪਾਲੀ ਗੱਡੀ ਫਿਰ ਤੂੰ ਉਹ ਵੀ ਦੱਸੋ ਨਾ ਲਮਕਾਇਆ 3 ਸਾਲ ਸੀ ਮੈਂ ਕਿਹਾ ਇਹਨੂੰ ਖਾ ਕੇ ਇਹਨੂੰ ਹਾਈ ਹੁੰਬੇ ਹੋਈ ਜੀ ਲੈ ਕੇ ਜਾਣਾ ਉਹ ਛੱਡ ਕੇ ਬਣ ਰਹੀ ਸੀਗੀ ਤੇ ਉੱਥੇ ਵੱਟੇ ਹੀ ਵੱਟੇ ਰੱਖੇ ਹੋਏ ਸੀਗੇ ਪਤੰਦਰ ਦੇ ਡਰਾਈਵਰ ਨੇ ਸਾਡਾ ਵਿਆਹ ਨਵਾਂ ਹੋਇਆ ਇੱਕ ਵਜਾਈ ਦੇ ਇੰਨਾ ਕੁਛ ਇਹਦੇ ਪਾਇਆ ਕਿੰਨੂੰ ਪਤਾ ਕਿੰਨਾ ਤਿਆਰ ਕਰ ਲਾਂਗਾ ਪਾ ਦਿੰਦੇ ਹਨਾ ਇੱਕ ਊਂ ਗਰਮੀ ਸੀ ਮੇਰੇ ਨਾਲ ਹਨਾ ਇੱਕ ਊਂ ਗਰਮੀ ਬਈ ਇੱਕ ਉਖਲੀਆਂ ਵੱਜਣ ਦੇ ਨਾ ਸੜਕ ਸੀਗੇ ਵੱਟੇ ਨਵੀਂ ਸੜਕ ਬਣਨੀ ਸੀ ਉਸ ਪਾਲੀ ਵੱਟੇ ਉਵੇਂ ਖਿਲਰੇ ਸੜਕ ਦੇ ਉੱਤੇ ਕਿੰਨੇ ਕਿਲੋਮੀਟਰ ਤੱਕ ਕਿੰਨੀ ਕੁ ਵਾਟ ਉਹ ਕਿਹਾ ਕਿ ਥੋੜਾ ਜਿਹਾ ਟੋਟਾ ਹੀ ਆ ਬਸ ਸਾਫ਼ ਸੜਕ ਆਉਣ ਵਾਲੀ ਆ ਬੰਦਾ ਨੇ ਪਿੰਡ ਲੈ ਆਉਂਦਾ ਉਹ ਟੋਟਾ ਸਾਨੂੰ ਸਾਫ਼ ਨਹੀਂ ਆਈ ਤੇ ਦੱਸਿਆ ਵੀ ਕਿੱਥੇ ਆਇਆ ਉਹ ਵਿਆਹ ਕਰਵਾਓ ਬਹੁਤ ਸੌਖੇ ਰਹੋਗੇ ਨਜ਼ਾਰੇ ਹੀ ਆ ਬਈ ਲਵ ਯੂ ਬਈ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਜਸ ਸਿੱਧੂ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਪ੍ਰੀਤ ਕਿਵੇਂ ਹੋ ਤੁਸੀਂ ਸਾਰੇ ਜਾਣੇ ਮੇਰੇ ਪੈਰ ਤੇ ਵੱਢ ਗਏ ਠੀਕ ਹੀ ਹੋਣੇ ਆ ਚਲ ਆਪਾਂ ਗੱਲਾਂ ਕਰਦੇ ਆ ਹਾਂ ਸਾਰੇ ਰਿਕੁਐਸਟ ਕਰਦੇ ਸੀਗੇ ਲਵ ਸਟੋਰੀ 3 ਲੈ ਕੇ ਆਓ ਸੋ ਤੁਹਾਡਾ ਇੰਤਜ਼ਾਰ ਦੀਆਂ ਕੜੀਆਂ ਖਤਮ ਜੀ ਅੱਜ ਲਵ ਸਟੋਰੀ 3 ਵਾਲਾ ਵਲੌਗ ਲੈ ਕੇ ਆਏ ਆ ਜਿਹੜੇ ਫਸਟ ਟਾਈਮ ਸਾਡੇ ਚੈਨਲ ਉੱਤੇ ਡੱਗਦੇ ਰਹਿੰਦੇ ਆ ਬਈ ਹੱਥ ਜੋੜ ਕੇ ਬੇਨਤੀ ਆ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਨੋਟੀਫਿਕੇਸ਼ਨ ਵੀ ਨਾਲ ਦੀ ਨਾਲ ਫਿਰ ਕੋਈ ਵੀ ਵੀਡੀਓ ਮਿਸ ਨਹੀਂ ਹੁੰਦੀ ਗੀ ਠੀਕ ਆ ਜੀ ਬੰਦੇ ਦੀ ਵੀ ਜ਼ਿੰਦਗੀ ਕਾਹਦੀ ਹੁੰਦੀ ਆ ਸਕੂਲ ਟਾਈਮ ਮਾਸਟਰਾਂ ਤੋਂ ਡਰ ਡਰ ਕੇ ਲੰਘ ਜਾਂਦੀ ਆ ਉਸ ਤੋਂ ਬਾਅਦ ਵੱਡਾ ਹੁੰਦਾ ਫਿਰ ਕੰਮ ਕਾਰ ਤੇ ਲੱਗ ਜਾਂਦਾ ਫਿਰ ਬੌਸ ਤੋਂ ਦਫ਼ਤਰਾਂ ਚ ਡਰ ਡਰ ਲੰਘ ਜਾਂਦੀ ਆ ਤੇ ਉਸ ਤੋਂ ਬਾਅਦ ਵਿਆਹ ਹੋਇਆ ਜਾਂਦਾ ਬੰਦੇ ਦਾ ਵਿਆਹ ਤੋਂ ਬਾਅਦ ਕੀ ਹੁੰਦਾ ਫਿਰ ਵਧੀਆ ਰਹਿੰਦੀ ਆ ਜ਼ਿੰਦਗੀ ਬੋਲੇ ਨੀ ਤੁਸੀਂ ਕੁਛ ਬਸ ਡਰਦਾ ਹੀ ਨੀ ਬੋਲਿਆ ਸੋ ਥੋੜਾ ਜਿਹਾ ਟਾਈਮ ਨਾ ਖਰਾਬ ਕਰਦੇ ਹੋਏ ਤੇ ਝੋਨੇ ਵਿੱਚ ਬਿਜ਼ੀ ਹੋਣ ਕਰਕੇ ਵਲੌਗ ਦੀ ਥੋੜੀ ਦੇਰੀ ਹੋ ਜਾਂਦੀ ਆ ਤੇ ਬਾਕੀ ਥੋੜੇ ਜਿਹੇ ਕੱਚੇ ਵਲੌਗਰ ਆ ਤੇ ਦੇਸੀ ਬੰਦੇ ਆ ਸਾਨੂੰ ਹੌਲੀ ਹੌਲੀ ਹਿਸਾਬ ਆਊਗਾ ਕਿ ਸਟੈਪ ਬਾਈ ਸਟੈਪ ਸਾਡਾ ਵਲੌਗ ਜਿਹੜਾ ਸੀਗਾ ਲਵ ਸਟੋਰੀ ਪਾਰਟ 3 ਰਹਿ ਗਿਆ ਸੀਗਾ ਸੋ ਅੱਜ ਸਟਾਰਟ ਕਰਦੇ ਆ ਲਵ ਸਟੋਰੀ 3 ਤਾੜੀਆਂ ਬਣੀ ਨੀ ਗੱਲ ਚੱਲ ਕੋਈ ਨੀ ਪੱਕਾ ਹੀ ਆਉਂਦੀ ਆ ਝੋਨੇ ਵਿੱਚ ਵੜ ਵੜ ਕੇ ਦਵਾਈ ਵਾਲੇ ਕੱਦੂ ਵਿੱਚ ਵੜ ਵੜ ਕੇ ਪੈਰ ਫੜ ਗਏ ਆ ਤੁਹਾਡੇ ਨਾਲ ਸਾਨੂੰ ਵੀਡੀਓ ਸ਼ੇਅਰ ਕਰਨ ਦੇ ਬਾਬਤ ਸਾਡੀਆਂ ਦੂਜਾ ਪੱਖਾ ਵੀ ਬੰਦ ਕਰਨਾ ਪੈਂਦਾ ਸਾਨੂੰ ਬਹੁਤ ਗਰਮੀ ਆਉਂਦੀ ਸਾਨੂੰ ਗਰਮੀ ਆਈ ਪੱਖਾ ਚਲਾ ਲਿਆ ਤੇ ਫਰਨ ਫਰਨ ਦੀ ਆਵਾਜ਼ ਆਉਂਦੀ ਆ ਜੇ ਅਸੀਂ ਆਪਦੇ ਰੂਮ ਚ ਏਸੀ ਚਲਾ ਕੇ ਵੀਡੀਓ ਸ਼ੂਟ ਕਰਦੇ ਹਾਂ ਤਾਂ ਸਾਰੇ ਪਤਾ ਨੀ ਵਿੱਚ ਕੀ ਬੜੇ ਆ ਉੱਤੇ ਕੀ ਆ ਪਤਾ ਨੀ ਟਿੱਡੇ ਬੜੇ ਆ ਪਤਾ ਨੀ ਕੀ ਆ ਪਤਾ ਨੀ ਇਹਨੇ ਮਾਰੇ ਟਿੱਡੇ ਜਾਨ ਨੂੰ ਜਾਰੇ
ਤੇ ਉਹ ਟੀ 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 ਜੀ ਪੀਵੀਸੀ ਕੀਤੀ ਆ ਉਹਨਾਂ ਦੇ ਪਿੱਛੇ ਵੜੇ ਆ ਉਹ ਵਿੱਚ ਕਮੈਂਟ ਕਰਦੇ ਸਾਰੇ ਜਿਹੜੇ ਤੁਹਾਡੇ ਕਮਰੇ ਚੋਂ ਜਾਨਵਰਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਉਹ ਬਾਈ ਜਾਨਵਰ ਨਹੀਂ ਗੇ ਉਹ ਵਿਚਾਰੇ ਬਰੀਕ ਬਰੀਕ ਡਿਗਰੇ ਡੰਡੇ ਆ ਠੀਕ ਆ ਤੇ ਉਹ ਠੰਡੇ ਸਾਨੂੰ ਆਉਂਦੇ ਆ ਠੀਕ ਆ ਤੇ ਆਪਾਂ ਲਵ ਸਟੋਰੀ ਪਾਰਟ 3 ਤੇ ਆਈਏ ਬਲੌਗ ਲੰਬਾ ਹੋ ਜਾਂਦਾ ਜ਼ਿਆਦੇ ਤੇ ਮਨਪ੍ਰੀਤ ਦੱਸੋ ਆਪਾਂ ਕਿੱਥੇ ਸੀਗੇ ਹਾਂ ਜਿੱਥੇ ਤੁਸੀਂ ਮੈਨੂੰ ਦੇਖ ਕੇ ਗਏ ਸੀਗੇ ਹਨਾ ਹਾਂ ਤੇ ਉਸ ਤੋਂ ਬਾਅਦ ਮੇਰੇ ਬ੍ਰਦਰ ਦੀ ਮੈਨੂੰ ਕਾਲ ਆਈ ਸੀਗੀ ਵੀ ਦੇਖ ਲਾ ਉੱਥੇ ਕੰਮ ਕੰਮ ਕਹੀ ਜਾਂਦੇ ਆ ਤੇ ਫਿਰ ਕੀ ਹੋਇਆ ਸੀਗਾ ਔਰ ਤੁਹਾਡੇ ਇਹਨਾਂ ਦੇ ਬ੍ਰਦਰ ਨੇ ਕਿਹਾ ਕਿ ਦੇਖ ਲਾ ਵੀ ਕੰਮ ਕੰਮ ਕਹੀ ਜਾਂਦੇ ਆ ਤੂੰ ਕੰਮ ਕਰ ਲਏਂਗੀ ਇੰਨੇ ਜੋਗੀ ਤੂੰ ਹੈ ਤਾਂ ਹੈ ਨੀ ਗੀ ਤੇ ਵੀ ਵੇਖ ਲਾ ਉਸ ਤੋਂ ਬਾਅਦ ਅਮਨ ਵੀ ਬਾਹਰੋਂ ਆ ਗਿਆ ਸੀਗਾ ਉਦੋਂ ਆਸਟ੍ਰੇਲੀਆ ਤੋਂ ਹਨਾ ਫਿਰ ਇਹਨੇ ਉਹਨੂੰ ਭੇਜਿਆ ਕਿ ਤੂੰ ਦੇਖਿਆ ਬ੍ਰਦਰ ਵੀ ਜਾ ਕੇ ਇੱਦਾਂ ਕਰਕੇ ਵੀ ਕਿੱਦਾਂ ਵੀ ਠੀਕ ਆ ਵੀ ਮਾਹੌਲ ਕਿਵੇਂ ਆ ਹੁੰਦਾ ਹੀ ਆ ਭੈਣਾਂ ਨੂੰ ਭਰਾਵਾਂ ਤੇ ਮਾਣ ਹੁੰਦਾ ਹੀ ਆ ਤੇ ਕਿਉਂਕਿ ਆਪ ਤਾਂ ਆ ਨੀ ਸਕਦੀ ਸੀ ਮਾਂ ਡੈਡੀ ਦੀ ਗੱਲ ਫਿਰ ਵੀ ਕੁਛ ਹੋਰ ਹੁੰਦੀ ਆ ਤੇ ਫਿਰ ਅਮਨ ਨੂੰ ਭੇਜਿਆ ਉਹ ਮੈਨੂੰ ਨਾਲੇ ਮਿਲ ਗਿਆ ਆ ਕੇ ਤੇ ਨਾਲੇ ਉਹ ਉੱਥੇ ਰਹਿਣ ਸਨ ਦੇਖ ਲਿਆ ਫਿਰ ਬਾਕੀ ਗੱਲਾਂ ਬਾਤਾਂ ਮੇਰੇ ਨਾਲ ਕੀਤੀਆਂ ਤੇ ਗੱਲਾਂ ਬਾਤਾਂ ਤੈਨੂੰ ਪਤਾ ਕਿ ਆਪਾਂ ਮੈਂ ਲੱਖ ਬੰਦਾ ਬੰਨੀ ਬੈਠਾ ਤੇ ਦੇਖੋ ਤੁਸੀਂ ਕਿੰਨੇ ਜਾਣੇ ਵੀਡੀਓ ਦੇਖਦੇ ਮੇਰੀ ਤੇ ਉਸ ਤੋਂ ਬਾਅਦ ਉਹਨੂੰ ਵਧੀਆ ਲੱਗਾ ਕਿ ਜਿੱਦਾਂ ਉਹ ਮਜ਼ਾਕ ਨੂੰ ਮਜ਼ਾਕ ਰਹਿ ਗਿਆ ਉਹ ਬਾਈ ਵੀਡੀਓ ਦੇਖਦਾ ਹੁਣ ਖਨੀ ਮੈਨੂੰ ਗਾਲਾਂ ਹੀ ਕੱਢਦਾ ਹੋਣਾ ਫਿਰ ਇਹਨੇ ਬ੍ਰਦਰ ਨਾਲ ਗੱਲ ਕੀਤੀ ਉਹ ਵੀ ਕਹਿੰਦਾ ਵੀ ਕੇਰਾਂ ਤਾਂ ਉੱਥੇ ਸਾਡਾ ਸੈੱਟ ਹੋ ਗਿਆ ਵੀ ਚੱਲ ਕੋਈ ਗੱਲ ਨੀ ਸਾਡਾ ਖੰਭਣੀ ਬੰਨਗੀ ਬੰਨਤੀ ਸੀ ਗੁਰਦੁਆਰਾ ਸਾਹਿਬ ਤੇ ਡੈਡੀ ਜੀ ਨੇ ਬੰਨੀ ਸੀ ਮੇਰੇ ਤੇ ਇੱਧਰ ਮੰਮਾ ਜੀ ਨੇ ਇੱਧਰ ਬੰਨਤੀ ਚਾਚਾ ਜੀ ਨੇ ਬੰਨੀ ਸੀ ਹਾਂ ਠੀਕ ਆ ਚਲੋ ਕੋਈ ਨੀ ਖੰਭਣੀ ਬੰਨਗੀ ਜਿਹਨੇ ਬੰਨਤੀ ਠੀਕ ਆ ਤੇ ਉਹ ਪੱਕ ਜਿਹਾ ਹੋ ਗਿਆ ਸੀ ਕੱਚ ਪੱਕ ਜਿਹਾ ਹੋ ਗਿਆ ਸੀਗਾ ਵੀ ਹਾਂ ਆਪਾਂ ਰੋਕਾ ਜਾਂ ਕਿਸ ਤਰ੍ਹਾਂ ਦਾ ਹੋ ਗਿਆ ਜਿਵੇਂ ਪਿੰਡਾਂ ਦੇ ਵਿੱਚ ਕਰਦੇ ਆ ਤੇ ਉਹ ਹੋ ਗਿਆ ਸੀਗਾ ਉਦੋਂ ਬਾਅਦ ਚ ਉਦੋਂ ਬਾਅਦ ਜਦੋਂ ਇਹ ਘਰੇ ਗਏ ਉਦੋਂ ਬਾਅਦ ਚ ਫਿਰ ਚੱਲ ਪਿਆ ਵੀ ਤੁਸੀਂ ਵੀ ਛੇਤੀ ਕਰਦੇ ਹੋ ਐਂ ਕਰਦੇ ਹੋ ਬਹੁਤ ਕਰਦੇ ਹੋ ਨਹੀਂ ਮੈਨੂੰ ਤਾਂ ਆਪ ਡਰ ਲੱਗਦਾ ਸੀ ਦੇਖਣ ਤੋਂ ਬਾਅਦ ਜਦੋਂ ਇਹ ਸਾਰੇ ਜਾਣੇ ਮਤਲਬ ਚਲੇ ਗਏ ਉਸ ਤੋਂ ਬਾਅਦ ਤਾਂ ਮੈਨੂੰ ਵੀ ਬਹੁਤ ਡਰ ਲੱਗਾ ਕਿ ਕੰਮ 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 ਬਸ ਆਹੀ ਗੱਲ ਹੋਈ ਆ ਉੱਥੇ ਇਸ ਤੋਂ ਬਿਨਾਂ ਉੱਥੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕੁਛ ਨਹੀਂ ਪੁੱਛਿਆ ਮੈਨੂੰ ਤਾਂ ਕਰਕੇ ਮੈਨੂੰ ਤਾਂ ਆਪ ਖੁਦ ਨੂੰ ਡਰ ਲੱਗਦਾ ਸੀ ਫਿਰ ਮੈਂ ਸੋਚਦੀ ਸੀ ਵੀ 3 ਵਜੇ ਮੈਂ ਕਿੱਥੋਂ ਉੱਠ ਜਾਊਂਗੀ ਮੈਂ ਤਾਂ ਇੰਨੀ ਜਲਦੀ ਉੱਠਣ ਵਾਲੀ ਹੈ ਹੀ ਹੋ ਜਾਂਦਾ ਹੋ ਜਾਂਦਾ ਇਦਾਂ ਹੋ ਜਾਂਦਾ ਤੇ ਫਿਰ ਮੈਨੂੰ ਵੀ ਥੋੜਾ ਜਿਹਾ ਡਰ ਲੱਗਾ ਵੀ ਨਹੀਂ ਮੈਂ ਫਸ ਨਾ ਜਾਵਾਂਗੀ ਤੂੰ ਫੇਰ ਫਸ ਤਾਂ ਗਈ ਹੁਣ ਛੇਤੀ ਕਰਤੀ ਨਹੀਂ ਬੰਨਣਾ ਸੀ ਆਪਾਂ ਇੱਕ ਦੋ ਵਾਰੀ ਸੋਚ ਲੈਂਦੇ ਹੋਰ ਹਨਾ ਵਿਖੰਬਣੀ ਨਹੀਂ ਬੰਨਣੀ ਸੀਗੀ ਤੇ ਘਰਦਿਆਂ ਨੂੰ ਇਹਨਾਂ ਦਿਨ ਇਹ ਹੋ ਗਿਆ ਕਿ ਯਾਰ ਹੁਣ ਪੱਕ ਵੀ ਕਰ ਲਿਆ ਹੁਣ ਕਰੀਏ ਕਿ ਨਿਕਲੀਏ ਵੀ ਕਿਵੇਂ ਜਾਂ ਜਵਾਬ ਹੀ ਹੁੰਦੀ ਹੋ ਹੀ ਜਾਂਦਾ ਹਨਾ ਵੀ ਆਪਾਂ ਹਾਂ ਕਰਕੇ ਜਵਾਬ ਦੇਣਾ ਸੀਗਾ ਔਖਾ ਹੋ ਜਾਂਦਾ ਹਨਾ ਠੀਕ ਆ ਉਦੋਂ ਬਾਅਦ ਚ ਫਿਰ ਇਹਨੇ ਬ੍ਰਦਰ ਨਾਲ ਗੱਲ ਕੀਤੀ ਅਮਨ ਆਇਆ ਉਦੋਂ ਬਾਅਦ ਚ ਹਨਾ ਆਸਟ੍ਰੇਲੀਆ ਚ ਉਹ ਆਇਆ ਹੋਇਆ ਸੀ ਇੱਥੇ ਕਿਉਂਕਿ ਸਾਡਾ ਮਹੀਨਾ ਡੇਢ ਮਹੀਨਾ ਹੀ ਲੰਘ ਗਿਆ ਠੀਕ ਆ ਮਹੀਨਾ ਡੇਢ ਮਹੀਨਾ ਇੱਦਾਂ ਲੰਘ ਗਿਆ ਵੀ ਆਪਾਂ ਹਜੇ ਮਤਲਬ ਕੱਚ ਪੱਕ ਗਿਆ ਸੀਗਾ ਤੇ ਉਦੋਂ ਬਾਅਦ ਆਪਣੀ ਗੱਲ ਹੋਈ ਸੀ ਫੋਨ ਤੇ ਮੈਂ ਇੱਕ ਵਾਰੀ ਗੱਲ ਹੋਈ ਆਪਣੀ ਹਨਾ ਫੋਨ ਤੇ ਇੱਕ ਵਾਰੀ ਗੱਲ ਵੀ ਹੋਈ ਸੀ ਸਾਡੀ ਉਹਨਾਂ ਦੀ ਆਸ ਵਿੱਚ ਹੁਣ ਤਾਂ ਗੱਲ ਕਰਦੀ ਨਹੀਂ ਸੀ ਤੇ ਪੁੱਠਾ ਹੀ ਜਵਾਬ ਦਿੰਦੀ ਸੀ ਹੈ ਇਹਨੂੰ ਮੈਂ ਵੈਸੇ ਹੀ ਕੀਤਾ ਮੈਂ ਕਿਹਾ ਵੀ ਹੈਲੋ ਕੀ ਮੈਂ ਪੁੱਛਿਆ ਸੀਗਾ ਵੀ ਕੰਮ ਕਰ ਮੈਂ ਕਿਹਾ ਤੁਸੀਂ ਰੋਟੀ ਬਣਾ ਲੈਣੇ ਹੋ ਆਈ ਡੋਂਟ ਨੋ ਇਹਨੇ ਕੋਈ ਜਵਾਬ ਦਿੱਤਾ ਮੈਂ ਜਿਹੜਾ ਗੱਲ ਪੁੱਛਾਂ ਕਿਉਂਕਿ ਇਹਨੂੰ ਇਹ ਸੀਗਾ ਕਿ ਉਹ ਵੀ ਕਰਦੇ ਕਹੋ ਸਾਰੇ ਜਣੇ ਕੰਮ ਕੰਮ ਕਰੀ ਜਾਂਦੇ ਸੀ ਕਿਉਂਕਿ ਮੈਨੂੰ ਹੁੰਦਾ ਕਿ ਆਪਾਂ ਜਦੋਂ ਪਹਿਲੀ ਵਾਰੀ ਕਿਸੇ ਨੂੰ ਗੱਲ ਕਰਦੇ ਆਪਾਂ ਹੁੰਦਾ ਗੱਲ ਸਟਾਰਟ ਕਰਨ ਦੇ ਹਨਾ ਵੀ ਕੀ ਗੱਲ ਕਰੀਏ ਮੈਂ ਵੀ ਨਵਾਂ ਗੱਲ ਕਰੀਏ ਕਿਵੇਂ ਹਨਾ ਕਿਹੜੀ ਗੱਲ ਸਟਾਰਟ ਕਿੱਦਾਂ ਕੀਤੀ ਜਾਵੇ ਹਨਾ ਤੇ ਫਿਰ ਇਹਨੇ ਪੁੱਠਾ ਜਵਾਬ ਦਿੱਤਾ ਮੈਂ ਵੀ ਡਰ ਗਿਆ ਮੈਂ ਕਿਹਾ ਯਾਰ ਵੀ ਕੰਮ ਖਰਾਬ ਆ ਇਹ ਤਾਂ ਕੁੜੀ ਅੜਬ ਬਹੁਤ ਜ਼ਿਆਦੇ ਆ ਇਹ ਤਾਂ ਹੁਣੇ ਮੈਨੂੰ ਪੁੱਠਾ ਜਵਾਬ ਦਿੰਦੀ ਆ ਤੇ ਉਦੋਂ ਡਰੀ ਹੋਈ ਸੀ ਮੈਂ ਹੁਣ ਕਰਾਂ ਕਿ ਮੈਂ ਜਾਵਾਂ ਕਿੱਧਰ ਹਨਾ ਠੀਕ ਆ ਫਿਰ ਬ੍ਰਦਰ ਇਹਦਾ ਬਾਹਰ ਆਸਟ੍ਰੇਲੀਆ ਤੋਂ ਆਇਆ ਹੋਇਆ ਸੀਗਾ ਤੇ ਉਹ ਫਿਰ ਜਦੋਂ ਇਹ ਕਹਿੰਦੀ ਬ੍ਰਦਰ ਤੂੰ ਜਾ ਕੇ ਯਾਰ ਦੇਖ ਕੇ ਤਾਂ ਕਿਵੇਂ ਮਾਹੌਲ ਆ ਫਿਰ ਉਹ ਇੱਥੇ ਆਇਆ ਤੇ ਆਉਣ ਤੋਂ ਬਾਅਦ ਉਹ ਮਿਲਿਆ ਉਹਨੂੰ ਵਧੀਆ ਲੱਗਾ ਕਿ ਨਹੀਂ ਠੀਕ ਆ ਕੋਈ ਗੱਲ ਨਹੀਂ ਹੈਗੀ ਇੱਦਾਂ ਤੇ ਫਿਰ ਇਹਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ ਹਨਾ ਹਾਂ ਫਿਰ ਇਹਨੂੰ ਹੌਸਲਾ ਹੋਇਆ ਥੋੜ੍ਹਾ ਜਿਹਾ ਠੀਕ ਆ ਸੈੱਟ ਹੋ ਗਿਆ ਕੰਮ ਉਦੋਂ ਬਾਅਦ 'ਚ ਹੁਣ ਗੱਲ ਫਿਰ ਸੁਣਨ ਵਾਲੀ ਇੱਥੇ ਸਾਰਾ ਕੁਝ ਸੈੱਟ ਹੋ ਗਿਆ ਠੀਕ ਆ ਪਹਿਲਾਂ ਇਹ ਚੀਜ਼ ਉਹਨੂੰ ਕਵਰ ਕੀਤਾ ਕਿ ਯਾਰ ਕੰਮ ਕਰਨਾ ਔਖਾ ਵੀ ਕੁੜੀ ਨੂੰ ਵੀ ਆਪਾਂ ਛੱਡ ਉੱਪਰ ਯਾਰ ਵੀ ਔਖਾ ਬਹੁਤ ਆ ਇੱਕ ਜਦੋਂ ਬਾਹਰਲੀਆਂ ਆਫਰਾਂ ਆਉਂਦੀਆਂ ਹੋਣ ਨਾ ਫਿਰ ਇੱਧਰ ਵਾਲੇ ਦਿਮਾਗ ਡੁੱਲ ਹੀ ਜਾਂਦਾ ਇਹਨੂੰ ਆਫਰਾਂ ਆਉਂਦੀਆਂ ਬਾਹਰਲੇ ਮੁੰਡਿਆਂ ਦੀਆਂ ਹਨਾ
ਤੇ ਫਿਰ ਹੋ ਜਾਂਦਾ ਅਲੱਗ ਅਲੱਗ ਹੁੰਦਾ ਕੋਈ ਵੀ ਚੱਕਰ ਹੈ ਚਾਹੇ ਮੈਂ ਆਪਾਂ ਕੋਈ ਵੀ ਹੈ ਤੁਸੀਂ ਵੀ ਹੈ ਜਿਹਦੇ ਇੱਕ ਪਾਸੇ ਬਾਹਰੋਂ ਆਫਰ ਆਈ ਹੈ ਇੱਕ ਆ ਰਹੀ ਹੋਵੇ ਦੂਸਰੇ ਪਾਸੇ ਇੱਕ ਪਿੰਡ ਵਾਲੇ ਮੁੰਡੇ ਨਾਲ ਜਿੱਥੇ ਕੰਮ ਕਰਨਾ ਹੋਵੇ ਮੱਝਾਂ ਮੁੱਝਾਂ ਰੱਖੀਆਂ ਹੋਣ ਤਾਂ ਬੰਦਾ ਇਹੀ ਸੋਚਦਾ ਕਿ ਚੱਲੀਏ ਬਾਹਰ ਪਰ ਮੈਂ ਕਿਹਾ ਐਂ ਕਿਵੇਂ ਤੂੰ ਜਾਏਂਗੀ ਬਾਹਰ ਤੇ ਉਸ ਤੋਂ ਬਾਅਦ ਕੀ ਹੋਇਆ ਸਾਰ ਸੈੱਟ ਕਰ ਲਿਆ ਚਲੋ ਠੀਕ ਹੈ ਬ੍ਰਦਰ ਵੀ ਦੇਖ ਗਿਆ ਕੇ ਇੱਥੇ ਤੇ ਉਹਨੂੰ ਵੀ ਠੀਕ ਲੱਗਾ ਗੱਲਾਂ ਬਾਤਾਂ ਇੱਥੇ ਬੈਠੇ ਹਾਂ ਅਸੀਂ ਆਹ ਜਿੱਦਾਂ ਇਸੇ ਸੋਫੇ ਤੇ ਬੈਠੇ ਹਾਂ ਇੱਥੇ ਉਹ ਨਾਲ ਬੈਠਾ ਮੇਰੇ ਗੱਲਾਂ ਬਾਤਾਂ ਕੀਤੀਆਂ ਉਹਨੇ ਗੇੜਾ ਗੂੜਾ ਕੱਢਿਆ ਘਰ 'ਚ ਉਹਨੂੰ ਠੀਕ ਲੱਗਾ ਸਾਰਾ ਹਨਾ ਤੇ ਉਦੋਂ ਬਾਅਦ 'ਚ ਫਿਰ ਠੀਕ ਆ ਉਹ ਪਿੰਡ ਗਏ ਆ 50 ਦਿਨਾਂ ਬਾਅਦ ਫਿਰ ਇੱਕ ਨਵਾਂ ਸੱਪ ਨਿਕਲਿਆ ਹੈ ਨਹੀਂ ਡੈਡੀ ਕਹਿੰਦੇ ਚਲੋ ਆਪਾਂ ਇੱਕ ਵਾਰੀ ਨਾ ਫਿਰ ਹੋਰ ਪੁੱਛ ਦੱਸ ਕਰਵਾ ਲਿਓ ਕਿੱਦਾਂ ਦੀ ਫੈਮਿਲੀ ਆ ਉਹ ਪਤਾ ਨਹੀਂ ਕਹਿੰਦੇ ਤਾਂ ਕਰਵਾਈ ਡੈਡੀ ਨੇ ਮੈਨੂੰ ਨਹੀਂ ਬੰਦਾ ਦੱਸੋ ਕਿਹੜਾ ਪਹਿਲਾਂ ਪਹਿਲਾਂ ਤਾਂ ਮੈਂ ਲਵਾਂ ਕੋਡਾ ਹੇਟਾ ਦੇਖੋ ਭਾਨੀ ਮਾਰਨ ਵਾਲੇ ਕਹਿੰਦੇ ਡੈਡੀ ਨੂੰ ਲੈਮ ਕਰਕੇ ਜੋ ਘਰੇ ਗਿਆ ਮਨਪ੍ਰੀਤ ਦੱਸਦੀ ਸੀ ਕਹਿੰਦੀ ਉਹ ਕਹਿੰਦਾ ਵੀ ਇਹਨੇ ਪੁੱਛਿਆ ਕਿ ਡੈਡੀ ਤੁਸੀਂ ਚੁੱਪ ਚੁੱਪ ਕਾ ਤੂੰ ਆ ਪਤਾ ਲੱਗੂਗਾ ਫਿਰ ਜਿਹੜੇ ਸਾਡੇ ਵਿਚੋਲੇ ਸੀਗੇ ਆਪਣੇ ਹਨਾ ਅੰਕਲ ਉਹਨਾਂ ਨੂੰ ਘਰੇ ਬੁਲਾਇਆ ਡੈਡੀ ਜਿਹੜੇ ਵਿਚੋਲੇ ਵਿੱਚ ਪਾਏ ਹੋਏ ਸੀ ਅਸੀਂ ਤੇ ਉਹ ਉਹਨਾਂ ਨੂੰ ਫਿਰ ਸੱਦਿਆ ਘਰੇ ਤੇ ਉਹ ਅੰਕਲ ਆਏ ਉਹਨਾਂ ਦਾ ਡੈਡੀ ਨਾਲ ਬਹੁਤ ਜ਼ਿਆਦਾ ਹੈਗਾ ਵਾ ਉਹਨਾਂ ਆਪਸ ਚ ਬਹੁਤ ਜ਼ਿਆਦਾ ਬਣਦੀਆਂ ਤੇ ਉਹ ਆ ਕੇ ਫਿਰ ਡੈਡੀ ਨੂੰ ਕਹਿੰਦੇ ਨਹੀਂ ਵੀ ਠੀਕ ਆ ਵੀ ਇੱਦਾਂ ਦੀ ਕੋਈ ਗੱਲ ਨੀ ਹੈਗੀ ਉਹ ਵੈਸੇ ਹੀ ਕਿਸੇ ਨੂੰ ਜਾਂ ਤਾਂ ਕੁਛ ਮਿਸਅੰਡਰਸਟੈਂਡਿੰਗ ਹੋ ਗਈ ਹੋਣੀ ਹਾਂ ਵੀ ਨਾ ਪਿੰਡ ਚ ਰਲ ਜਾਂਦੇ ਹਨਾ ਤੇ ਜਾਂ ਤਾਂ ਨਾ ਵਗੈਰਾ ਰਲਦੇ ਹੋਣਗੇ ਮਿਸਅੰਡਰਸਟੈਂਡਿੰਗ ਹੋ ਗਈ ਸਾਡੇ ਜਿਹੜੇ ਉਹ ਕਹਿੰਦੇ ਸੀਗੇ ਕਿ ਇਹ ਕਮੋ ਆ ਵੀ ਜਿਹੜੇ ਹੁੰਦੇ ਮਤਲਬ ਕਿ ਆਪਾਂ ਭਾਊ ਕਹਿ ਦਿੰਦੇ ਹਾਂ ਵੀ ਇਹ ਭਾਊ ਆ ਜਾਂ ਕੰਬੋ ਕਹਿ ਦਿੰਦੇ ਹਾਂ ਤੇ ਕਿਸੇ ਨੇ ਇਹ ਕਹਿ ਦਿੱਤਾ ਉਹ ਜਦ ਕਿ ਹੋਇਆ ਕੀ ਸੀਗਾ ਕਿ ਡੈਡੀ ਦਾ ਨਾਮ ਹੀ ਉਹੀ ਆ ਉਧਰੋਂ ਉਹਨਾਂ ਦਾ ਨਾਮ ਹੀ ਉਹੀ ਆ ਤੇ ਉਹ ਸੇਮ ਸੇਮ ਮਿਲ ਗਏ ਨਾ ਸੇਮ ਸੇਮ ਸੀਗੇ ਨਾਮ ਸੇਮ ਸੇਮ ਸੀਗੇ ਡੈਡੀ ਦੇ ਨਾਮ ਸੇਮ ਸੀਗੇ ਉਹ ਜਿਹਦਾ ਪਤਾ ਨੀ ਫਲਾਣੇ ਦਾ ਮੁੰਡਾ ਉਹ ਕਾਸ਼ਟ ਦੇ ਸੀ ਬੰਦੇ ਉਧਰ ਤੇ ਕਿਸੇ ਨੇ ਆਹੀ ਕਹਿਤਾ ਕਿ ਨਾ ਇਹਦੇ ਜੱਟਾਂ ਦਾ ਮੁੰਡਾ ਹੀ ਨੀ ਹੈਗਾ ਗਾ ਤੇ ਇਹ ਫੇਰ ਇਹਨਾਂ ਦੀ ਪਤੀੜ ਪੈ ਗਈ ਤੇ ਪਰ ਇਹ ਹੁਣ ਰੱਬ ਜਾਣਦਾ ਕਿ ਉਹ ਭੁਲੇਖਾ ਪਿਆ ਜਾਂ ਕਿਸੇ ਨੇ ਜਾਣ ਕੇ ਭਾਨੀ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹ ਤਾਂ ਹੁਣ ਕਿਸੇ ਨੂੰ ਨਹੀਂ ਪਤਾ ਮੇਰੀ ਦੀ ਬੰਦਾ ਤਾਂ ਦੱਸ ਦੋ ਯਾਰ ਮੈਨੂੰ ਖੁਦ ਨੂੰ ਨਹੀਂ ਪਤਾ ਮੈਨੂੰ ਪਤਾ ਮੇਰੇ ਬਾਪੂ ਨੂੰ ਦੋ ਤਿੰਨ ਲਵਾ ਕੇ ਨਾ ਪੈਗ ਮੂਡ ਜੇ ਚ ਬਣਾ ਕੇ ਮੈਂ ਪੁੱਛੂ ਬਾਪੂ ਨੂੰ ਬੋਲੇ ਬੈਠੇ ਤੁਸੀਂ ਜਿੰਨੇ ਮਰਜ਼ੀ ਭਲਾਂ ਡੈਡੀ ਨੂੰ ਪੂਰਾ ਟੱਲੀ ਕਰ ਦੋ ਡੈਡੀ ਨੇ ਤਾਂ ਵੀ ਨਹੀਂ ਦੱਸਣਾ ਡੈਡੀ ਨਾ ਉਧਰ ਜਦੋਂ ਕੋਈ ਵੀ ਗੱਲ ਹੁੰਦੀ ਆ ਇਹ ਮੈਨੂੰ ਪਤਾ ਲੱਗ ਜਾਂਦਾ ਗਲਤ ਹੋਈ ਆ ਇਹ ਮੈਨੂੰ ਦੱਸਦੀ ਨੀ ਹੁੰਦੀ ਮੈਨੂੰ ਪਤਾ ਕਿ ਇਹ ਹਾਸੇ ਚ ਰੋਗ ਗੱਲ ਨੀ ਮਜ਼ਾਕ ਬਹੁਤ ਡਾਂਦੇ ਦੱਸਦੀ ਨੀ ਲੈ ਵੀ ਹੁਣ ਯੋਗਾ ਬਾਬੇ ਰਾਮਦੇਵ ਦਾ ਕਰਨ ਜਾਂਦੇ ਦੂਜਾ ਹੱਸਦੇ ਆ ਡੁਪਲੀਕੇਟ ਹਾਸਾ ਆਪਣਾ ਨੈਚੁਰਲ ਹਾਸਾ ਹਨਾ ਦਿਲੋਂ ਹੱਸੋ ਹਨਾ ਸਹੀ ਹੈ ਨਾ ਅੱਕ ਜਾਂਦੀ ਮੇਰੇ ਤੇ ਅੱਕ ਜਾਂਦੀ ਦੁਖੀ ਹੋ ਜਾਂਦੀ ਨਾ ਸਭ ਵਾਰ ਮੈਨੂੰ ਇੰਨਾ ਦੁਖੀ ਕਰਦੇ ਨਾ ਮੈਂ ਅੱਕ ਜਾਂਦੀ ਸਹੀ ਗੱਲ ਯਾ ਇਹੀ ਜ਼ਿੰਦਗੀ ਆ ਬਈ ਚਲੋ ਠੀਕ ਆ ਚਲੋ ਜੀ ਆਓ ਤੁਸੀਂ ਹਾਂ ਟੋਪਿਕ ਤੇ ਆਓ ਤੇ ਇਹ ਹੁਣ ਕਿਸੇ ਨੇ ਇੱਦਾਂ ਦੀ ਭਾਨੀ ਮਾਰੀ ਕਿ ਮੁੰਡਾ ਜੱਟਾਂ ਦਾ ਨਹੀਂ ਹੈਗਾ ਗਾ ਤੇ ਮਨਪ੍ਰੀਤ ਤਾਂ ਚਲੋ ਜੀ ਇਹ ਤਾਂ ਹੋ ਗਈ ਸਮੁੰਦਰੀ ਹਾਲ ਦੇ ਵਿੱਚ ਇਹ ਵੀ ਡਰ ਗਈ ਵੀ ਹੁਣ ਕੀ ਬਣੂਗਾ ਵੀ ਨਿਕਲੀਏ ਕਿਵੇਂ ਫਿਰ ਉਹਨਾਂ ਨੇ ਫਿਰ ਵਿਚੋਲੇ ਸੱਦੇ ਸਨ ਵਾਲੇ ਕਿ ਵੀ ਕਿਵੇਂ ਆ ਉਹ ਹੁਣ ਉਹ ਥੋੜ੍ਹੇ ਜਿਹੇ ਸਿਆਸਤ ਦੇ ਵਿੱਚ ਸੀਗੇ ਵੋਟਾਂ ਵਗੈਰਾ ਦੇ ਚੱਕਰ ਦੇ ਵਿੱਚ ਵਿਚੋਲੇ ਸੀਗੇ ਸਿਆਣੇ ਸੀਗੇ ਕਾਫੀ ਏਜ ਸੀ ਤੋਂ ਫਿਰੇ ਤੁਰੇ ਸਾਡੇ ਪਿੰਡਾਂ ਨੂੰ ਅਕਸਰ ਇੱਧਰ ਆਏ ਹੋਏ ਸੀ ਉਹ ਜਾਣਦੇ ਸੀਗੇ ਇੱਧਰ ਉਹ ਚੰਗੀ ਤਰ੍ਹਾਂ ਜਾਣਦੇ ਸੀਗੇ ਉਹਨਾਂ ਨੇ ਕਿਹਾ ਨਹੀਂ ਮੈਂ ਇਹ ਚੀਜ਼ ਦੀ ਜ਼ਿੰਮੇਵਾਰੀ ਚੱਕਦਾ ਕਿ ਮੁੰਡਾ ਜੱਟਾਂ ਦਾ ਹੀ ਆ ਤੇ ਵੀ ਉਹ ਵੇਖਣ ਨੂੰ ਲੱਗਦਾ ਨੀ ਜੱਟਾਂ ਦਾ ਮੁੰਡਾ ਦੇਖਣ ਨੂੰ ਤੇ ਵੀ ਨੀ ਲੱਗਦੀ ਹੋਣੀ ਪਰ ਇਹ ਨੀ ਹੈਗਾ ਕਿ ਮੈਂ ਜਾਂ ਖੇਤੀ ਦਾ ਕੰਮ ਨੀ ਕਰਦਾ ਹੈਗਾ ਮਨਪ੍ਰੀਤ ਨੂੰ ਪੁੱਛ ਲਓ ਕਿ ਮੈਨੂੰ ਰਾਤ ਦਾ ਇੱਕ ਦੋ ਵੱਜ ਜਾਂਦੇ ਆਉਂਦੇ ਨੂੰ
ਪਰ ਇਹ ਆਏ ਨੀ ਹੈਗਾ ਮੇਰਾ ਵੀ ਮੈਂ ਚੁੱਪ ਤੋਂ ਫਿਰ ਰੁਲੇ ਰਹੋ ਆਪਦੇ ਆਪ ਧਿਆਨ ਰੱਖੋ ਹਨਾ ਖਾਣ ਪੀਣ ਦਾ ਐਕਸਰਸਾਈਜ਼ ਦਾ ਤੇ ਆਪਦੀ ਸਕਿਨ ਦਾ ਸਾਰੇ ਪਾਸੇ ਏਦਾਂ ਧਿਆਨ ਮੈਂ ਰੱਖਦਾ ਤਾਂ ਥੋੜਾ ਜਿਹਾ ਮੈਂ ਥੋੜਾ ਮੂੰਹ ਮੱਥੇ ਜਿਹਾ ਲੱਗਦਾ ਰਹਿੰਦਾ ਤੁਹਾਡੇ ਹਨਾ ਤੇ ਗਰਮੀ ਤਾਂ ਮੈਨੂੰ ਵੀ ਲੱਗਦੀ ਰੰਗ ਮੇਰਾ ਵੀ ਹੁਣ ਦੇਖੋ ਕਾਲਾ ਹੋ ਗਿਆ ਪਰ ਮੈਂ ਫਿਰ ਵੀ ਕੈਪ ਲਈ ਸੀ ਮੇਰੇ ਪਹਿਲਾਂ ਵਾਲੀ ਵੀਡੀਓ ਦੇਖੀ ਆ ਮੈਂ ਕੋਸ਼ਿਸ਼ ਕਰਦਾ ਹੁਣ ਇੱਥੇ ਅੱਧੀਆਂ ਬਾਹਾਂ ਦੀ ਪਾਈ ਮੈਂ ਪੂਰੀਆਂ ਬਾਹਾਂ ਦੀ ਢੱਕ ਕੇ ਜਾਣਾ ਖੇਤ ਵੀ ਜਿੰਨਾ ਕੁ ਬਚਾਅ ਹੋ ਜਾਏ ਹਨਾ ਤੇ ਹੋਰ ਕੋਈ ਰੰਗ ਕਾਲੇ ਨਾਲ ਕੁਛ ਹੁੰਦਾ ਨੀ ਹੁੰਦਾ ਗਾ ਕਿ ਬਸ ਸਿਰਫ ਇੰਨਾ ਹੀ ਹੁੰਦਾ ਕਿ ਯਾਰ ਦੇਖਣ ਵਾਲੇ ਨੂੰ ਉਦਾਂ ਥੋੜਾ ਜਿਹਾ ਤੁਹਾਨੂੰ ਤੁਸੀਂ ਦੇਖਦੇ ਹੋ ਵੀਡੀਓ ਹਨਾ ਥੋੜਾ ਆਊਟ ਜਾਣਾ ਲੱਗੇ ਹਨਾ ਹਨਾ ਕਿਉਂਕਿ ਪਹਿਲਾਂ ਵੀਡੀਓ ਤੁਸੀਂ ਮੇਰੇ ਸਾਫ਼ ਸਾਫ਼ ਫੇਸ ਦੇ ਵਿੱਚ ਦੇਖਦੇ ਹੋ ਪਰ ਇੱਕਦਮ ਹੀ ਰੰਗ ਕਾਲਾ ਹੋ ਗਿਆ ਇਹ ਚੀਜ਼ਾਂ ਹੁੰਦੀਆਂ ਹੋਰ ਕੋਈ ਮੈਨੂੰ ਇੰਨਾ ਨੀ ਹੈਗਾ ਕਿ ਰੰਗ ਤਾਂ ਦੋ ਹੀ ਹੁੰਦੇ ਗੋਰਾ ਤੇ ਕਾਲਾ ਹਨਾ ਸਹੀ ਹੈ ਨਾ ਮੈਂ ਲੈਕਚਰ ਬਾਹਲਾ ਦੇ ਦੇਣਾ ਹਨਾ ਜਜ਼ਬਾਤੀ ਬੰਦੇ ਆ ਹੋ ਜਾਂਦਾ ਹਨਾ ਬੋਲਦੇ ਜ਼ਿਆਦਾ ਹੋ ਸਿੱਧਾ ਕਹੋ ਤੁਸੀਂ ਤੇ ਆਪਾਂ ਖੇਤ ਇਹਨੇ ਖੇਤ ਝੂਨਾ ਲੱਗਾ ਦਿਖਾ ਕੇ ਲੈ ਕੇ ਆਉਣਾ ਇਹਨੂੰ ਰੋਜ਼ ਕਹਿ ਦਿੰਦੇ ਆ ਬਹੁਤ ਬਹਾਨੇ ਲਾਉਂਦੇ ਆ ਮੈਂ ਅੱਜ ਗਿਆ ਆ ਕਹਿੰਦੇ ਨਾ ਉੱਥੇ ਬੰਦੇ ਹੋਣਗੇ ਉੱਥੇ ਝੋਨਾ ਲਾਉਣ ਵਾਲੇ ਬਾਹਲੇ ਫਿਰਦੇ ਆ ਉੱਥੇ ਪਿੰਡ ਦੇ ਬੰਦੇ ਕਿੰਨੀ ਮੋਟਰ ਪੰਜ ਮੋਟਰਾਂ ਚੱਲਦੀਆਂ ਪੰਜੇ ਮੋਟਰਾਂ ਵਾਲੇ ਫਿਰਦੇ ਹੋਣਗੇ ਹਜੇ ਨੀ ਆਪਾਂ ਜਾਣਾ ਮੋਟਰ ਹੁਣ ਮੇਰੀ ਗੱਲ ਝੋਨਾ ਲਾਉਂਦੇ ਹਨਾ ਹਰੇਕ ਬੰਦੇ ਦੀ ਮੋਟਰ ਛੱਡੀ ਹੋਈ ਹੈ ਉਹਦੇ ਹਰੇਕ ਉਹਦੇ ਤੇ ਝੋਨਾ ਲਾਉਣ ਵਾਲੇ ਵੀ ਲੱਗੇ ਹੋਏ ਹਨਾ ਉੱਥੇ ਫਿਰ ਤੈਨੂੰ ਪਤਾ ਕਿ ਸਾਰਿਆਂ ਦੇ ਸਾਹਮਣੇ ਔਖਾ ਹੋ ਜਾਂਦਾ ਅਗਲਾ ਕਹਿੰਦਾ ਇਹ ਕਰੀਏ ਤਾਂ ਤੁਸੀਂ ਤਾਂ ਸਾਨੂੰ ਜਾਣਦੇ ਹੋ ਤੇ ਉਹਨਾਂ ਨੂੰ ਹੁੰਦਾ ਕਿ ਇਹ ਕੀ ਕਰੀਏ ਨੇ ਇਕੱਲੀ ਬੋਲੀ ਇਹਨੇ ਫੋਨ ਵਾਲੇ ਦੇਖਦੇ ਕਿਤੇ ਹਿੱਲ ਗਏ ਹਨਾ ਹਨਾ ਫਿਰ ਅੱਖਾਂ ਬਾਲ ਪੜ ਝਾਕਣ ਗਏ ਐਵੇਂ ਚੰਗਾ ਨੀ ਲੱਗਦਾ ਠੀਕ ਆ ਓਕੇ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਕਰਨ ਤੋਂ ਬਾਅਦ ਮਨਪ੍ਰੀਤ ਦੀ ਮੇਰੇ ਨਾਲ ਗੱਲ ਹੋਈ ਫੋਨ ਤੇ ਮਨਪ੍ਰੀਤ ਨੇ ਕਿਹਾ ਵੀ ਇੱਦਾਂ ਕਰਕੇ ਵੀ ਜੀਨ ਕਹਿੰਦੀ ਸੀ ਮੋਨ ਨੂੰ ਸੋਚੀ ਪਿਆ ਮੈਂ ਕਿਹਾ ਜਿਹਨੂੰ ਕਹਿੰਦਾ ਨਹੀਂ ਪਾਉਣ ਦੇ ਇਹਨੇ ਮੇਰੇ ਨਾਲ ਵਿਆਹ ਨੀ ਕਰਾਉਣਾ ਮੈਂ ਕਿਹਾ ਵਿਆਹ ਕਰਾਓ ਇਹਦੇ ਨਾਲ ਮੈਂ ਕਿਹਾ ਪਾਲੀ ਆਏ ਕੀ ਹੁੰਦਾ ਵਾ ਨਾ ਪਾਲੀ ਕਹਿੰਦੇ ਪਾਲੀ ਕੋਈ ਚੱਕਰ ਨੀ ਵਿਚਾਰੀ ਦੀ ਜਿੰਨਾ ਵੀ ਪਈਆਂ ਮਿੱਟੀ ਦੇ ਵਿੱਚ ਹੀ ਇਹ ਵਗੈਰਾ ਹੁੰਦਾ ਸੀ ਕੱਪੜੇ ਕੋਈ ਵੀ ਨੀ ਮਾੜੇ ਹੁੰਦੇ ਗੇ ਤੇ ਪਰ ਮੈਨੂੰ ਪੰਜਾਬੀ ਸੂਟ ਚ ਬਾਹਲੀ ਜ਼ਿਆਦਾ ਸੋਹਣੀ ਲੱਗਦੀ ਆ ਤੇ ਵੈਸੇ ਕੁੜੀਆਂ ਵੇਖੀ ਦੀਆਂ ਜੀਨਾਂ ਵਿੱਚ ਵੀ ਸੋਹਣੀਆਂ ਲੱਗਦੀਆਂ ਆਪਦੀ ਘਰ ਵਾਲੀ ਪਤਾ ਨੀ ਕਿੱਦਾਂ ਲੱਗਦੀ ਹੋਊਗੀ ਮੈਂ ਤਾਂ ਖੁਦ ਗੁਰੂ ਤਾਂ ਵਧੀਆ ਲੱਗਦੀਆਂ ਜੀਨਾਂ ਪਾਉਣੀ ਬਸ ਮੈਂ ਸਿਰਫ ਇੱਕ ਵਾਰੀ ਜੀਨ ਪਾਈ ਆ ਵਿਆਹ ਤੋਂ ਬਾਅਦ ਉਹ ਵੀ ਆਪਾਂ ਮਾਲ ਚ ਗਏ ਸੀ ਬੇਬ ਚ ਹਨਾ ਘੁੰਮਣ ਉਸ ਟਾਈਮ ਬਸ ਫੇਰ ਨਹੀਂ ਪਾਈ ਕਿਤੇ ਵੀ ਪਤਾ ਕੀ ਚੱਕਰ ਜੀਨਾਂ ਪਾਉਣ ਨਾਲ ਕੁਛ ਗਲਤ ਨਹੀਂ ਹੋਇਆ ਹੁੰਦਾ ਅਸੀਂ ਇੱਕ ਪੇਂਡੂ ਜਿਹੇ ਬੰਦੇ ਆ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਆ ਤੇ ਸਾਡੇ ਥੋੜੇ ਜੇ ਮਹਾਂਪੁਰਸ਼ ਬੰਦੇ ਸਾਡੇ ਪਿੰਡ ਚ ਬਹੁਤ ਆ ਜਿਹੜੇ ਵੱਡੇ ਵਿਦਵਾਨ ਨੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਇਹਨਾਂ ਦੀ ਨੂੰਹ ਨੇ ਜੀਨ ਪਾ ਲਈ ਇਹ ਗੱਲਾਂ ਕਰਨਗੇ ਹਾਏ ਉਹਨਾਂ ਦੀ ਬੂਟੀ ਤਾਂ ਜੀਨ ਪਾਈ ਫਿਰਦੀ ਸੀ ਵੀਡੀਓ ਚ ਆਉਂਦੀ ਆ ਤੇ ਮੈਨੂੰ ਤਾਂ ਕਹਿੰਦੇ ਮੋੜ ਨੀ ਜਾਣ ਦੇਣਾ ਹੋਰ ਨੀ ਗੱਲ ਕੀ ਮੈਨੂੰ ਤਾਂ ਆਪ ਜੀਨ ਪੈਸੇ ਮਿਲਦੀ ਆ ਪਰ ਮੈਂ ਕਰਾਂ ਕੀ ਮੈਂ ਸਾਰੇ ਪਾਸੇ ਫਸਾਂ ਬਾਹਰ ਜਾਣਾ ਤਾਂ ਲੋਕਾਂ ਨੇ ਕਹਿਣਾ ਜੀਨ ਪਾਉਂਦੀ ਆ ਘਰੇ ਆਉਣੀ ਘਰ ਵਾਲੀ ਲੜਦੀ ਆ ਤੂੰ ਜੀਨ ਨੀ ਪਾਉਣ ਦਿੰਦਾ ਮੈਂ ਕਿੱਥੇ ਜਾਵਾਂ ਦੱਸ ਨਹੀਂ ਇੱਕ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਸੀਗੀ ਵੀ ਤੁਹਾਡਾ ਕਿਸੇ ਕੁੜੀ ਨਾਲ ਕੋਈ ਚੱਕਰ ਚੁੱਕਰ ਕਹਿੰਦੇ ਨਾ ਜਮਾਂ ਹੀ ਨਹੀਂ ਹੈਗਾ ਤੇ ਬਾਅਦ ਦੇ ਵਿੱਚ ਮੈਨੂੰ ਇਹਦੀਆਂ ਇੰਨੀਆਂ ਪੋਲਾਂ ਖੋਲੀਆਂ ਨਾ ਨਹੀਂ ਸੱਚੀ ਸੱਚੀ ਬਹੁਤ ਕੁੜੀਆਂ ਦੇ ਫੋਨ ਆਉਂਦੇ ਸੀਗੇ ਸਾਰੀਆਂ ਦੇ ਬੰਦ ਹੋ ਗਏ ਹੁਣ ਮੈਮਰੀ ਵੱਲ ਹੋਈ ਜਾਂਦੀ ਇੱਧਰ ਕੁੜੀਆਂ ਦੇ ਫੋਨ ਆਉਂਦੇ ਮੈਂ ਇਹ ਦੱਸ ਦੇਣਾ ਤੁਹਾਨੂੰ ਕੁੜੀਆਂ ਦੇ ਮੇਰਾ ਫਰੈਂਡ ਸਰਕਲ ਬਹੁਤ ਸੀਗਾ ਜ਼ਿਆਦੇ ਠੀਕ ਆ ਤੇ ਸੀਗਾ ਜ਼ਿਆਦੇ ਕਿਉਂਕਿ ਮੈਂ ਹੱਸਦਾ ਸਾਰਿਆਂ ਨੂੰ ਚੰਗਾ ਲੱਗਦਾ ਜਿਹਦੇ ਤੁਹਾਨੂੰ ਚੰਗਾ ਲੱਗਦਾ ਹਨਾ ਏਦਾਂ ਹੀ ਕਿ ਮੇਰੇ ਨਾਲ ਕੁੜੀਆਂ ਗੱਲਾਂ ਗੁੱਲਾਂ ਕਰ ਲੈਂਦੀਆਂ ਹੁੰਦੀਆਂ ਸੀ ਏਦਾਂ ਕਦੇ ਵੀ ਹੁੰਦਾ ਸੀ ਤੇ ਪਰ ਮੈਂ ਨੰਬਰ ਨੀ ਚੇਂਜ ਕੀਤਾ ਮੇਰੀ ਗਲਤੀ ਇਹ ਸੀ ਮੈਂ ਨੰਬਰ ਨੀ ਚੇਂਜ ਕਰ ਦੇਣਾ ਚਾਹੀਦੇ ਮੈਂ ਸਹੀ ਸਹੀ ਜੀ ਰਹੇਗਾ ਯਾਰ ਮੈਂ ਕੋਈ ਨੀ ਯਾਰ ਜਿਹਦੇ ਨਾਲ ਮਾੜੀ ਮੋਟੀ ਗੱਲਬਾਤ ਸੀ ਉਹਨੂੰ ਆਪਾਂ ਕਹਿਤਾ ਸੀਗਾ ਬਈ ਹੁਣ ਮੇਰੀ ਮੈਰਿਜ ਹੋ ਜਾਣੀ ਆ ਤੂੰ ਆਪਦੇ ਘਰੇ ਮੈਂ ਆਪਦੇ ਘਰੇ ਠੀਕ ਆ ਪਰ ਇਹ ਨੀ ਪਤਾ ਸੀਗਾ ਵੀ ਕਦੇ ਮੁੜ ਕੇ ਕਦੇ ਫੋਨ ਵੀ ਆਜੂਗਾ ਹਨਾ ਇਹ ਥੋੜੀ ਪਤਾ ਹੁੰਦਾ ਹਨਾ ਕਿ ਆਪਾਂ ਤਾਂ ਆਪਦੇ ਨੂੰ ਕਲੀਅਰ ਸੀਗੇ ਵੀ ਕੋਈ ਚੱਕਰ ਨੀ ਹੈਗਾ ਹਨਾ ਹਨਾ ਤੇ ਸਹੇਲੀਆਂ ਦਾ ਪਤਾ ਨੀ ਨਾ ਹੁੰਦਾ ਕਦੋਂ ਫੋਨ ਲਾ ਲੈਣਾ ਚੱਕ ਕੇ ਜਦੋਂ ਦਿਮਾਗ ਖਰਾਬ ਹੁੰਦਾ ਸਾਨੂੰ ਵੀਡੀਓ ਦੇ ਸਾਹਮਣੇ ਦੇਖਦੀ ਤਾਂ ਫਲਾਨੀ ਨਾ ਬੈਠਾ ਹੀ ਤਾਂ ਮੈਂ ਦੱਸਦੀ ਗਲਾ
ਵਾਲੀ ਥੱਪ ਆਉਣੀ ਆ ਯਾਰ, ਹਨਾ ਬੋਰ ਹੋ ਜਾਣਗੇ ਦੇਖਣ ਵਾਲੇ ਹਨਾ। ਸੋਰੀ ਯਾਰ, ਸਾਡੇ ਵਲੌਗ ਦੇਸੀ ਹੁੰਦੇ ਆ ਤੇ ਅਸੀਂ ਦੇਸੀ ਚ ਰਹਿਣਾ ਚਾਹੁੰਦੇ ਆ, ਕੋਈ ਜ਼ਿਆਦਾ ਅਸੀਂ ਉਦਾਂ ਦੀਆਂ ਗੱਲਾਂ ਵਿੱਚ ਨਹੀਂ ਲੈ ਕੇ ਆਉਂਦੇ ਹਨਾ, ਚੰਗਾ ਨਹੀਂ ਲੱਗਦਾ ਹੈਗਾ ਹਨਾ, ਕਿਉਂਕਿ ਜਿਹੜੇ ਸਾਨੂੰ ਦੇਖ ਰਹੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਇਕੱਠੇ ਹੋ ਕੇ ਵੀਡੀਓ ਦੇਖਦੇ ਆ, ਸਾਰੇ ਸਾਨੂੰ ਲਾਈਕ ਕਰਦੇ ਆ, ਠੀਕ ਆ। ਤੇ ਸਾਡਾ ਲਵ ਸਟੋਰੀ ਪਾਰਟ 3 ਹੈ, ਇਹ ਚੱਲ ਰਿਹਾ ਜਿਹੜਾ ਤੁਸੀਂ ਦੇਖ ਰਹੇ ਹੋ ਬਾਈ, ਤੇ ਘੰਟਾ ਬਾਈ ਜ਼ਰੂਰ ਦੱਬ ਦਿਓ ਟਿਲਾ, ਓਕੇ, ਚੈਨਲ ਸਬਸਕ੍ਰਾਈਬ ਕਰ ਦਿਓ। ਤੇ ਆਪਾਂ ਗੱਲ ਕਿੱਥੇ ਸੀ, ਗੱਲ ਭੁੱਲ ਜਾਂਦੀ ਸੀ, ਹੋਰ ਪਾਸੇ ਤੋਂ ਜਾਣੇ ਜਜ਼ਬਾਤੀ ਬੰਦੇ ਥੋੜੇ ਜਿਹੇ ਜੀਨ ਦੀ ਹੋਈ ਸੀ, ਜੀਨ ਤੋਂ ਹੀ ਤੁਸੀਂ ਘੁਮਾ ਫਿਰਾ ਕੇ ਕਿੱਥੇ ਲੈ ਆਂਦਾ। ਵੈਸੇ ਪੰਜਾਬੀ ਸੂਟ ਸੁਣੇ ਦੱਸਦੇ ਗੱਲ ਨਿਬੜ ਗਈ, ਬਸ ਹੋਰ ਪਾਓ ਗੱਲ ਕਰੋ, ਬਸ ਹੋਰ ਸਹੇਲੀ ਆਪਾਂ ਜੀਨ ਪਾਵਾਂਗੇ, ਜੀਨ ਪਾਵਾਂਗੇ ਜਦੋਂ ਆਪਾਂ ਬਾਹਰ ਗਏ, ਉੱਥੇ ਤਾਂ ਓਬਵੀਅਸਲੀ ਮੈਂ ਪਾ ਹੀ ਲੈਣੀ ਆ। ਚਲੋ ਘਰੋਂ ਬਾਹਰ, ਬਾਪੂ ਕਹਿੰਦਾ ਚਲੋ ਬਾਹਰ, ਬਾਹਰ ਜਾਣ ਦੀ ਗੱਲ ਕੀਤੀ ਸੀ, ਬਾਪੂ ਨੇ ਆਵਾਜ਼ ਦਿੱਤੀ ਮੈਂ ਚਲੋ ਘਰੋਂ ਬਾਹਰ, ਚਲੋ ਬਾਹਰ ਜਾ ਕੇ ਅਸੀਂ ਵਲੋਗ, ਸਾਡਾ ਬਹੁਤ ਦਿਲ ਕਰਦਾ ਕਿ ਘਰੋਂ ਬਾਹਰ ਵਲੋਗ ਤੁਹਾਡੇ ਵਾਸਤੇ ਲੈ ਕੇ ਆਈਏ, ਤੇ ਝੋਨਾ ਵੀ ਲੱਗ ਜਾਣਾ, ਫਿਰ ਜਾਇਆ ਕਰਾਂਗੇ ਅਸੀਂ ਹਨਾ। ਤੇ ਓਕੇ, ਤੇ ਫਿਰ ਚਲ ਜੀਨਾ, ਇਹਨੂੰ ਜੀਨ ਦਾ ਪਾਉਣ ਦਾ ਸ਼ੌਂਕ ਸੀਗਾ, ਹੁਣ ਵੀ ਹੈਗਾ ਵਾ, ਤੇ ਕਦੇ ਕਦੇ ਜਦੋਂ ਮੰਮੀ ਡੈਡੀ ਗਏ ਹੁੰਦੇ ਆ ਕਿਤੇ, ਤੇ ਮੈਨੂੰ ਪਾ ਕੇ ਦਿਖਾਉਂਦੀ ਹੁੰਦੀ ਕਿ ਜਸ ਵਧੀਆ ਲੱਗਦਾ, ਬਹੁਤ ਸੋਹਣੀ ਲੱਗਦੀ ਜੀਨ ਪਾਈ ਇਹਦੇ। ਪਰ ਮੈਨੂੰ ਮੇਰੇ ਬ੍ਰਦਰ ਨੇ ਲਿਆ ਕੇ ਦਿੱਤੇ ਸੀ ਜੀਨ ਟੌਪ, ਬਹੁਤ ਸੋਹਣੇ ਸੋਹਣੇ, ਬਾਹਰੋਂ ਲੈ ਕੇ ਦਿੱਤੇ, ਆਸਟ੍ਰੇਲੀਆ ਤੋਂ ਨਾ, ਉੱਥੋਂ ਆਏ ਸੀ ਬਾਹਰੋਂ, ਪਾਏ ਇੱਕ ਵਾਰ ਪਾਏ ਆ, ਚਲੋ ਐਸ਼ ਦੇ ਕੰਮ ਆ ਜਾਣਗੇ, ਐਸ਼ ਪਾਲੂ ਆਪਣੀ, ਹਾਂ ਉਸ ਤਾਂ ਪਾਉਣ ਨਹੀਂ ਦੇਣੇ, ਇੱਕ ਨੰਬਰ ਦੇ ਝੂਠੇ ਹੋ ਤੁਸੀਂ, ਮੈਂ ਤਾਂ ਫੇਰ ਸੋਚਦਾ ਵਿਆਹ ਕਰਾਇਆ ਤੁਸੀਂ, ਮੈਨੂੰ ਪਸੀਨਾ ਕਦੋਂ ਆ ਰਿਹਾ ਇਹਦਾ, ਗਰਮੀ ਹੋ ਗਈ ਜਦ ਹਨਾ। ਠੀਕ ਆ, ਚਲੋ ਠੀਕ ਆ, ਪੁਆਇੰਟ ਤੇ ਆਈਏ, ਆਪਣਾ ਵਲੌਗ ਲੰਬਾ ਹੋ ਜਾਂਦਾ ਹਨਾ, ਬੋਰ ਨਹੀਂ ਕਰਨਾ ਕਿਸੇ ਨੂੰ, ਠੀਕ ਆ। ਉਸ ਤੋਂ ਬਾਅਦ ਆਪਾਂ ਅੱਜ ਸਮਾਪਤੀ ਕਰ ਰਹੇ ਨੇ, ਸਾਰਿਆਂ ਜੁੜੇ ਰਹੋ ਬਾਈ, ਵਲੌਗ ਵਿੱਚ ਅੱਧੇ ਘੰਟੇ ਦਾ ਅੱਜ ਆਪਾਂ ਸਮਾਪਤੀ ਕਰ ਦੇਣੀ ਆ, ਅੱਜ ਘੋੜੀ ਜਾਂ ਸਿੱਧੂ ਚੜ੍ਹ ਕੇ ਰਹੂਗਾ ਜੋ ਵੱਧਦੀ ਹੋ ਜੀ, ਤੇ ਆਪਾਂ ਸੀਗੇ ਠੀਕ ਆ। ਇਹਨੇ ਮੈਨੂੰ ਪੁੱਛਿਆ ਕਿ ਜੀਨ ਜੂਨ, ਮੈਂ ਕਿਹਾ ਯਾਰ ਕੋਈ ਨੀ ਤੂੰ ਪਾਲੀ, ਕੋਈ ਚੱਕਰ ਨੀ ਗਾ, ਮੈਂ ਕਦੇ ਕਦੇ ਪਾਲੀ ਕਿਤੇ ਬਾਹਰ ਅੰਦਰ ਜਾਂ ਘਰੇ ਤੇ ਚੰਗਾ ਨੀ ਲੱਗਦਾ ਹਨਾ। ਤੇ ਫਿਰ ਤੇ ਮੈਨੂੰ ਪੰਜਾਬੀ ਸੂਟ ਹੀ ਇੰਨੇ ਜ਼ਿਆਦਾ ਸੋਹਣੇ ਲੱਗਣ ਲੱਗ ਗਏ ਪਾਏ, ਮੈਨੂੰ ਹੁਣ ਪੰਜਾਬੀ ਸੂਟ ਜਾਇਜ਼ ਸੋਹਣੇ ਲੱਗਦੀ, ਪਜਾਮੀ ਵੀ ਇਹ ਘੱਟ ਹੀ ਬਣਾਉਂਦੀ ਹੈ, ਕਿਉਂਕਿ ਇਹਨੂੰ ਸਲਵਾਰ ਸੂਟ ਪਾਉਣਾ ਵਧੀਆ ਲੱਗਦਾ, ਪਾ ਲੈਂਦੀ ਸੀ, ਪਰ ਹੁਣ ਇਹ ਚੀਜ਼ ਨੇ ਕੱਪੜਾ ਉਹ ਪਾਉਣਾ ਜਿਹੜਾ ਮੈਨੂੰ ਚੰਗਾ ਲੱਗਦਾ, ਤੇ ਨਹੀਂ ਜੇ ਮੈਂ ਕਹਿਤਾ ਕਿ ਨਹੀਂ ਇਹ ਫਿਰ ਭਲਾ ਜਿੰਨਾ ਮਰਜ਼ੀ ਸੋਹਣਾ ਮਹਿੰਗਾ ਖੇਤ ਨਹੀਂ ਪਾਉਂਦੀ ਇਹ, ਠੀਕ ਆ। ਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਸ ਤੋਂ ਬਾਅਦ ਵਿਆਹ ਹੋ ਗਿਆ ਸੀ, ਨਹੀਂ ਵਿਆਹ ਨਹੀਂ ਹੋਇਆ ਸੀਗਾ, ਉਸ ਤੋਂ ਬਾਅਦ ਨਹੀਂ ਹੋਇਆ ਸੀ ਵਿਆਹ, ਆਮ ਜਸਟ ਜੋਕਿੰਗ। ਤੇ ਠੀਕ ਹੈ, ਸਾਰਾ ਕੁਛ ਹੋਣ ਤੋਂ ਬਾਅਦ ਫਿਰ ਇੱਦਾਂ ਹੀ ਚੱਲੀ ਗਿਆ ਕਿ ਸਾਡੇ 3 ਮਹੀਨੇ ਇੱਦਾਂ ਹੀ ਨਿਕਲ ਗਏ ਫਿਰ, ਤੇ ਫਿਰ ਵਿਆਹ ਨੂੰ ਲੈ ਕੇ ਜਦੋਂ ਕਿਵੇਂ ਫਿਰ ਕੱਠ ਕੁੱਠ ਦਾ ਵੀ ਕੁਛ ਹੋਇਆ ਸੀ ਹਨਾ। ਨਹੀਂ ਪਹਿਲਾਂ ਤਾਂ ਮੈਂ ਤੁਹਾਨੂੰ ਕਿਹਾ ਸੀਗਾ, ਤੁਸੀਂ ਗਰਮੀ ਆ ਗਈ ਸੀ ਨਾ, ਬਹਾਨੀ ਵਜੇ ਹਨਾ, ਤੇ ਇਹ ਹੁਣ ਗਾਹ ਨੂੰ ਤੁਰੇ ਜਾਣ, ਤੇ ਮੈਂ ਕਰਵਾਉਣਾ ਕਿ ਨੀ ਕਰਵਾਉਣਾ ਮੇਰੇ ਨਾਲ ਵਿਆਹ, ਦੱਸ ਮੈਨੂੰ ਹੁਣ। ਇਹ ਵਿਚਾਰੀ ਘਰਦਿਆਂ ਨੂੰ ਕਹਿ ਸਕਦੀ ਸੀ ਕਿ ਮੇਰਾ ਵਿਆਹ ਕਰ ਦੋ ਹਨਾ, ਕਿਉਂਕਿ ਕੁੜੀਆਂ ਨੂੰ ਹੁੰਦਾ ਹੀ ਆ, ਤੇ ਕਿਉਂਕਿ ਘਰਦਿਆਂ ਨੂੰ ਥੋੜਾ ਹੁੰਦਾ, ਕਿਉਂਕਿ 100 ਹੁੰਦੇ ਯਾਰ, ਕੁਛ 100 ਐਡਜਸਟਮੈਂਟ ਕਰਨੀ ਹੁੰਦੀ ਵਿਆਹ ਕਰਨ ਵਾਸਤੇ ਹਨਾ, ਕਿ ਧੀ ਵਾਲਿਆਂ ਨੂੰ 100 ਫਿਕਰ ਹੁੰਦੇ ਹਨਾ। ਤੇ ਮੈਨੂੰ ਡਰ ਇਹ ਲੱਗਦਾ ਸੀਗਾ, ਮੈਂ ਕਿਹਾ ਕਿਸੇ ਨੇ ਹੋਰ ਭਾਨੀ ਮਾਰਤੀ ਹੋਊਗੀ, ਉਹ ਮੈਨੂੰ ਇਹ ਲੱਗਾ ਕਿ ਸ਼ਾਇਦ ਵੀਰ ਗਾਹ ਨੂੰ ਗੱਲ ਲੈ ਕੇ ਜਾਂਦੇ ਆ, ਕੋਈ ਗੱਲ ਚੱਕਰ ਹੋ ਗਿਆ ਕੋਈ ਹਨਾ। ਸੋ ਫਿਰ ਡੇਟ ਫਿਕਸ ਹੋ ਗਈ ਸੀ ਆਪਣੀ, ਵਿਚੋਲਿਆਂ ਨੇ ਸਾਨੂੰ ਵਿਚਾਰੇ ਕਹਿ ਕੇ ਉਹਨਾਂ ਨੂੰ ਕਿਹਾ ਕਿ ਯਾਰ ਬਾਈ ਤੁਸੀਂ ਨਵੇੜੋ ਕੰਮ, ਤੇ ਟਿੱਬੇ ਦੇ ਪਾਣੀ ਚੜਾ ਦਿਓ ਮੇਰੇ ਵੀਰੇ, ਉਹ ਸਰੀਣੇ ਦੀ ਧਰਤੀ ਤੇ ਲੈ ਆਓ ਡੋਲਾ, ਠੀਕ ਆ। ਉਹਨਾਂ ਨੇ ਫਿਰ ਫਿਕਸ ਕਰ ਦਿੱਤਾ, ਫਿਰ ਸਾਡਾ 24 ਮਾਰਚ ਨੂੰ, 24 ਮਾਰਚ ਸਾਨੂੰ ਕਿਹੜਾ ਸੀਗਾ, ਇੰਨਾ ਵੀ ਭੁੱਲ ਗਏ ਤੁਸੀਂ, ਵਾਹਵਾ ਹਾਲ ਹੋ ਗਏ ਵਿਆਹ ਕਰਾਏ ਨੇ ਤੇਰੇ ਨਾਲ, ਕਿੰਨੇ ਕੋਲ ਹੋ ਗਏ, 17 ਹੋ ਗਏ, 17 'ਚ ਸਾਡੀ ਮੈਰਿਜ ਹੋਈ ਸੀਗੀ, ਤੇ ਕਿੰਨੇ ਸਾਲ ਦੀ ਮੈਰਿਜ ਹੋਈ ਨੇ ਆਪਣੀ, 4 ਹੋ ਗਏ, ਹੁਣ 21 ਚੱਲ ਰਿਹਾ, 17 ਦੇ 4 21 ਤੋਂ 4 ਦੇ ਉੱਤੇ ਚੱਲ ਰਿਹਾ, ਤੇ ਕਈ ਸਾਨੂੰ ਕਹਿਣਗੇ ਸ਼ਾਇਦ ਨਵੀਂ ਮੈਰਿਜ ਹੋਈ ਆ, ਅਸੀਂ 4 ਸਾਲ ਪੁਰਾਣੇ ਕਪਲ ਆ ਬਈ, ਠੀਕ ਆ ਵੈਸੇ ਨਵੇਂ ਜੇ ਲੱਗਦੇ ਨਾ ਤੋਂ ਕੇ ਬਹਿ ਜਾਈਦਾ, ਤੇ ਠੀਕ ਆ। ਉਦੋਂ ਸਾਡੀ ਉਸੇ ਦਿਨ ਹੀ ਮਤਲਬ ਕਿ ਅਰੇਂਜ ਸਾਰਾ ਇੱਕ ਦਿਨ ਹੀ ਕਰ ਦਿੱਤਾ ਸਾਰਾ ਕੁਛ, ਠੀਕ ਆ। ਅਸੀਂ ਵੀ ਫਿਰ ਇੱਥੇ ਇੱਧਰ ਅਸੀਂ ਵੀ ਆਪਣੀ ਪਾਰਟੀ ਅਸੀਂ ਵੀ ਇੱਕ ਦਿਨ ਹੀ ਨਿਬੇੜ ਦਈਏ, ਵਿਆਹ ਤੇ ਬਾਲਾ ਕੱਖ ਨਹੀਂ ਕੀਤਾ ਹੈਗਾ, ਕੋਈ ਜਾਣ ਵਾਲੇ ਬੰਦੇ ਥੋੜੇ ਹੀ ਗਏ ਸੀਗੇ, ਕਿੰਨੇ ਜਾਣੇ ਸੀਗੇ ਫਿਰ ਵੀ, ਕਿੰਨੇ ਸੀ, 50 50 ਜਾਣੇ ਸੀਗੇ, ਹਾਂ 50 ਜਾਣੇ ਜਾਣ ਦੇ ਗਏ ਸੀਗੇ,
ਠੀਕ ਹੈ ਜੀ, ਚਲੋ ਵੀ ਸਲੀਨੇ ਦੀ ਧਰਤੀ ਚੋਂ ਨਿਕਲੀ ਗੱਡੀਆਂ ਭਰ ਕੇ ਕੂ ਕੂ ਕਰਦੀ ਗੱਡੀ ਨਹੀਂ ਵੱਜੀ ਚੀਤੇ ਵਾਲੀ ਧਰਤੀ ਤੇ ਜਾ ਕੇ ਠੀਕ ਹੈ। 50 ਕੁ ਬੰਦੇ ਗਏ ਤੇ ਇੱਥੇ ਸਾਡਾ ਕੀਤਾ ਹੋਇਆ ਸੀਗਾ, ਘਰੇ ਪਾਰਟੀ ਰੱਖੀ ਹੋਈ ਸੀਗੀ ਤੇ ਘਰ ਦੇ ਕਹਿੰਦੇ ਬਹੁਤ ਗਲਤ ਕੰਮ ਹੋ ਗਿਆ ਉਦੋਂ ਵੀ, ਕਹਿੰਦੇ ਵੀ ਯਾਰ ਮੈਰਿਜ ਵਾਲੇ ਦਿਨ ਲਿਬੜੇ ਭਾਂਡੇ ਪਾਰਟੀ ਕਰ ਦਿਓ ਜੀ ਜਿਵੇਂ ਬੰਦੇ ਕਰਦੇ ਆ ਹਨਾ, ਤੇ ਕਿਉਂਕਿ ਸਰ ਉੱਥੇ ਜਨ ਬਾਈ ਲੈ ਕੇ ਨਹੀਂ ਗਏ ਗੇ ਤੇ ਪਿੰਡਾਂ ਨੂੰ ਇੱਥੇ ਪਿੰਡ 'ਚ ਪਾਰਟੀ ਕਰ ਦਾਂਗੇ। ਜਦੋਂ ਉੱਥੇ ਗਏ ਜਲਦੀ 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 ਫਿਰ ਜਲਦੀ ਜਲਦੀ ਉੱਥੇ ਸਾਰਾ ਜਲਦੀ ਜਲਦੀ ਆਨੰਦ ਕਾਰਜ ਕਰਕੇ ਫਿਰ ਘਰੇ ਆ ਗਏ ਸੀਗੇ ਆਪਾਂ, ਉਹਦੇ ਘਰੇ ਪਾਰਟੀ ਰੱਖੀ ਸੀ, ਜਲਦੀ ਆਉਣਾ ਸੀ ਉੱਥੋਂ ਹਨਾ। ਤੈਨੂੰ ਯਾਦ ਆ ਕਿ ਜਦੋਂ ਆਨੰਦ ਕਾਰਜ ਹੁੰਦੇ ਸੀਗੇ ਜਦੋਂ ਉੱਠਣਾ ਹੁੰਦਾ ਸੀ ਮੈਂ ਤੈਨੂੰ ਗੋਡਾ ਮਾਰਦਾ ਸੀ ਚਲੋ ਮੈਨੂੰ ਬਹੁਤ ਭੁਲੇਖਾ ਰੱਖਿਆ। ਤੈਨੂੰ ਮੈਂ ਗੱਲ ਦੱਸਦਾ ਇੱਕ ਹੋਰ, ਮੇਰਾ ਇੱਕ ਯਾਰ ਦੋਸਤ ਸੀਗਾ ਉਹਦਾ ਵਿਆਹ ਠੀਕ ਆ, ਉਹਦਾ ਵਿਆਹ ਕਿਸੇ ਨੇ ਕਿਹਾ ਕਿ ਜਿਹੜੇ ਪਾਸੇ ਬਾਬਾ ਦੇਖ ਰੱਖੂਗਾ ਨਾ ਉੱਠ ਕੇ ਆਨੰਦ ਕਾਰਜ ਜਿਹੜੀਆਂ ਲਾਵਾਂ ਲੈਣੀਆਂ ਉਸ ਪਾਸੇ ਨੂੰ ਤੋਰਨਾ ਜਿੱਧਰਲੇ ਪਾਸੇ ਬਾਬਾ ਦੇਖ ਰੱਖੂਗਾ ਠੀਕ ਆ। ਹੁਣ ਪੱਕਾ ਕਰਤਾ ਬਾਬਾ ਦੇਖ ਉਸ ਪਾਸੇ ਰੱਖਦਾ ਜਿੱਧਰ ਨੂੰ ਆਨੰਦ ਲਾਵਾਂ ਲੈਣੀਆਂ ਸੀਗੀਆਂ ਠੀਕ ਆ। ਹੋਇਆ ਕਿ ਬਾਬੇ ਨੂੰ ਪਤਾ ਨੀ ਕੀ ਆਉਣੀ, ਉਦੇ ਉਹਨੇ ਬਾਬੇ ਨੇ ਦੇਖ ਰੱਖਤੀ ਦੂਜੇ ਪਾਸੇ ਠੀਕ ਆ। ਜਦੋਂ ਬਾਬੇ ਨੇ ਕਿਉਂਕਿ ਹੱਸਦਾ ਹੁੰਦੇ ਮੈਨੂੰ ਇਹ ਸੀਗਾ ਕਿ ਇਹ ਨਾ ਹੋਵੇ ਕਿ ਹੁੰਦਾ ਹੀ ਕਿ ਮੱਥਾ ਟੇਕ ਕੇ ਉੱਠਣਾ ਮੱਥਾ ਟੇਕ ਕੇ ਬਹਿਣਾ ਤੇ ਮਨਪ੍ਰੀਤ ਥੋੜੇ ਪਿੱਛੇ ਰਹਿ ਜਾਂਦੀ ਹੈ ਨਾ ਮਨਪ੍ਰੀਤ ਹਨਾ। ਸਹੀ ਗੱਲ ਹੈ ਵੈਸੇ ਵਿਆਹ ਵਾਲਾ ਕੰਮ, ਇੱਕ ਤੁਹਾਨੂੰ ਹੋਰ ਦੱਸਦਾ ਵਿਆਹ ਵਾਲਾ ਕੰਮ ਸਾਰੇ ਕਹਿੰਦੇ ਆ ਕਿ ਵਿਆਹ ਕਰਾਉਣਾ ਚਾਹੀਦਾ ਨਹੀਂ ਕਰਾਉਣਾ ਚਾਹੀਦਾ ਬਾਈ, ਔਰ ਫਨੀ ਜੋ ਬੋਲਣਗੇ ਕੁਛ ਮੈਨੂੰ ਪਹਿਲੇ ਪਤਾ ਸੀ, ਜਿਹੜਾ ਕਰਾਊਗਾ ਪਛਤਾਊਗਾ, ਜਿਹੜਾ ਨਹੀਂ ਕਰਾਊਗਾ ਉਹ ਵੀ ਪਛਤਾਊਗਾ। ਇਸੇ ਕਰਕੇ ਕਰਾ ਕੇ ਪਛਤਾ ਲਓ, ਭੁਲੇਖਾ ਨਹੀਂ ਰਹਿੰਦਾ ਮਨ ਚ ਵੀ ਕਰਾਇਆ ਨੀ ਠੀਕ ਆ। ਓਕੇ ਠੀਕ ਆ, ਜੋ ਮਰਜ਼ੀ ਹੋ ਜਾਵੇ ਗਲਤ ਹਮੇਸ਼ਾ ਉਦਾਸ ਹੀ ਹੁੰਦਾ ਠੀਕ ਆ। ਘਰ ਵਾਲੀਆਂ ਤੋਂ ਕਦੇ ਆਪਾਂ ਜਿੱਤ ਨਹੀਂ ਸਕਦੇ ਠੀਕ ਆ, ਇਹ ਬਹੁਤ ਪੋਲੀਆਂ ਹੁੰਦੀਆਂ ਨੇ, ਇਹ ਬਹੁਤ ਕਿਊਟੀਆਂ ਹੁੰਦੀਆਂ ਹਨ, ਇਸ ਦੇ ਦੋ ਲੱਤਾਂ ਹੁੰਦੀਆਂ ਨੇ, ਇਸ ਦੇ ਦੋ ਬਾਹਾਂ ਹੁੰਦੀਆਂ ਨੇ ਤੇ ਇਸ ਦਾ ਇੱਕ ਛੋਟਾ ਜਿਹਾ ਨੱਕ ਹੁੰਦਾ ਹੈ। ਸੋਰੀ ਮੈਂ ਮਾਈਕ ਆਊ ਵਾਲਾ ਲੇਖ ਸ਼ੁਰੂ ਹੋ ਗਈ ਬਚਪਨ ਠੀਕ ਆ। ਤੇ ਉਸ ਤੋਂ ਬਾਅਦ ਸਾਡਾ ਆਨੰਦ ਕਾਰਜ ਹੋਣ ਤੋਂ ਬਾਅਦ ਬਈ ਤੇ ਇਹ ਅਸੀਂ ਜੋ ਡੋਲੀ ਤੁਰੀ ਆ ਗੱਡੀ ਚ ਬਿਠਾ ਲਏ ਆ, ਅੱਧੇ ਕੁ ਰਾਹ ਆਏ ਆ, ਮੈਡਮ ਪਾਣੋ ਚੱਕਣ ਲੱਗ ਗਈ ਨਹੀਂ ਨਹੀਂ ਦੇਖ ਮਜ਼ਾਕ ਕਰਦਾ ਨਹੀਂ, ਪਾਣੋ ਨੀ ਚੱਕੀ, ਇਅਰਿੰਗ ਵੱਡੇ ਪਾਏ ਹੋਏ ਸੀਗੇ ਤੇ ਟੁੱਟੀ ਜੀ ਸੜਕ ਤੇ ਪਾਲੀ ਗੱਡੀ ਫਿਰ ਤੂੰ ਲਮਕਾਇਆ 3 ਸਾਲ ਸੀ, ਮੈਂ ਕਿਹਾ ਨੂੰ ਖਾ ਕੇ ਹੁੰਬਿਆ ਹੋਏ ਜੀ ਲੈ ਕੇ ਜਾਣਾ ਉਖਲੀਆਂ ਵੱਜਣ ਦੇ ਨਾ ਸੜਕ ਸੀਗੇ, ਵੱਟੇ ਨਵੀਂ ਸੜਕ ਬਣਨੀ ਸੀ ਉਸ ਪਾਲੀ, ਵੱਟੇ ਉਵੇਂ ਖਿਲਰੇ ਸੜਕ ਤੇ ਉਹਦੇ ਕਿੰਨੇ ਕਿਲੋਮੀਟਰ ਤੱਕ ਕਿੰਨੀ ਕੁ ਵਾਟ, ਉਹ ਕਿਹਾ ਕਿ ਥੋੜਾ ਜਿਹਾ ਟੋਟਾ ਹੀ ਆ ਬਸ, ਸਾਫ ਸੜਕ ਆਉਣ ਵਾਲੀ ਆ, ਬੰਦਾ ਨੇ ਪਿੰਡ ਲੈ ਜਾਂਦਾ ਉਹ ਟੋਟਾ ਸਾਨੂੰ ਸਾਫ ਨੀ ਆਈ ਤੇ ਦਿਸਿਆ ਵੀ ਕਿੱਥੇ ਆਇਆ ਉਹ ਠੀਕ ਆ। ਮਨਪ੍ਰੀਤ ਦੇ ਇਹਰਿੰਗ ਵੱਜਣ ਭਾਰੇ ਭਾਰੇ ਸੀਗੇ, ਇਹਦੇ ਕੰਮ ਦੁਖਣ ਅੱਧੇ ਗਲਾ ਕਹਿੰਦੇ ਜੱਸ ਮੇਰੇ ਉਤਾਰ ਦੋ ਤੇ ਮੈਂ ਕਿਹਾ ਮੈਂ ਕਿਹੜਾ ਪਾਏ ਸੀਗੇ ਜੀਨੇ ਪਾਏ ਸੀ ਲਵਾ, ਫਿਰ ਮੈਂ ਖੋਲਤੇ ਤੇ ਸਹਾਰੇ ਜੇ ਸੀਗੇ ਮੈਨੂੰ ਯਾਦ ਆ ਕਿ ਆਹ ਕੁੰਡਾ ਜਿਹਾ ਕੱਢਦਾ ਸਹਾਰਿਆਂ ਦੇ ਸਿਰ ਤੇ ਲਮਕਾ ਲਿਆ, ਫਿਰ ਇਹਨੇ ਬਾਹਰ ਚਾ ਕੇ ਫੇਰ ਪਾ ਲਏ, ਪ੍ਰਭਾਵ ਪਾਉਣਾ ਸੀ ਵਹੁਟੀ ਆਈ ਆ ਵੀ ਕਾਂਡਾ ਤਾਂ ਖੁੱਲਾ ਫਿਰਦਾ ਇਹਨੇ ਨੇ ਹੌਲੀ ਕਿਤੇ ਪਾ ਲਿਆ ਆਪਦਾ ਹਨਾ। ਉਸ ਤੋਂ ਬਾਅਦ ਫਿਰ ਫੱਟੇ ਤੇ ਚੜਾਇਆ ਗਿਆ ਸਾਨੂੰ ਦੋਨਾਂ ਨੂੰ ਤੇ ਉਸ ਤੋਂ ਬਾਅਦ ਮੈਂ ਧੱਕਾ ਮਾਰ ਕੇ ਪਹਿਲਾਂ ਮੈਨੂੰ ਲਾਇਆ ਕਹਿੰਦਾ ਇਹਦੀ ਚੱਲੇ ਫੱਟਾ ਫੁੱਟਾ ਕੌਣ ਨੀ ਕਰਦਾ ਬਈ ਚੱਲੀਏ ਘਰ ਫੱਟੇ ਨੂੰ ਥੱਲੇ ਉਤਰਨਾ ਹੁੰਦਾ ਨਾ, ਜਿਹੜਾ ਪਹਿਲਾਂ ਉਤਰ ਗਿਆ ਉਹਦੀ ਚੱਲੂਗੀ ਹਨਾ, ਮੈਂ ਤਾਂ ਸਾਲਾ ਪਹਿਲਾਂ ਉਤਰ ਕੇ ਵੇਖ ਲਿਆ ਮੇਰੀ ਤਾਂ ਫੇਰ ਨੀ ਚੱਲਦੀ ਨਹੀਂ ਨਹੀਂ ਬਹੁਤ ਨਾਈਸ ਆ ਮਨਪ੍ਰੀਤ, ਵਧੀਆ ਲਾਈਫ ਚੱਲ ਰਹੀ ਆ, ਪਰਮਾਤਮਾ ਕਰੇ ਇੱਦਾਂ ਜ਼ਿੰਦਗੀ ਹਰੇਕ ਦੀ ਹੋਵੇ ਠੀਕ ਆ, ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਵਧੀਆ ਖੁਸ਼ ਰਵਾ ਦੇ ਜ਼ਿੰਦਗੀ ਦੇ ਵਿੱਚ, ਹਾਸਾ ਮਜ਼ਾਕ ਬਹੁਤ ਹੋ ਗਿਆ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ ਠੀਕ ਆ। ਅਤੇ ਕੀ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਇਹ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਪਹਿਲਾਂ ਜ਼ਿਆਦਾ ਖੁਸ਼ ਸੀ ਜਾਂ ਹੁਣ,
ਪੁੱਛਿਆ ਸੀ ਨਾ ਮੈਂ ਨਹੀਂ ਦੱਸਿਆ ਡਰਦੇ ਨੇ ਤੈਨੂੰ अगले ब्लॉग च मिलते हैं को गल बहुत बहुत टॉपिक नवा टॉपिक लेके आवांगे ठीक है ब्याह तो बाद की होया सी जिहड़ी ये गल कहिंदी है कि मैनूं कॉल आई सी किहदी कॉल आई सी किवें आई सी की गल हुई सी कौन सी ओह ਜਾਂ ਕੀ ਚੱਕਰ ਬਣਿਆ ਕੀ ਭਾਣਾ ਮੇਰੇ ਨਾਲ ਬੀਤਿਆ ਤੇ ਕਿੱਦਾਂ ਮੈਨੂੰ ਮਿਲੀ ਉਹ ਗੱਲ ਮੈਨੂੰ ਪਤਾ ਓਕੇ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਲਵ ਯੂ ਆ ਬਾਈ ਸਤਿ ਸ਼੍ਰੀ ਅਕਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਕੁਛ ਗਲਤ ਗੱਲ ਬੋਲੀ ਗਈ ਤਾਂ ਹੱਥ ਜੋੜ ਕੇ ਮਾਫੀ ਤੁਹਾਡੇ ਬੱਚੇ ਆ ਤੁਹਾਡੇ ਭਰਾ ਵਾ ਹਨਾ ਠੀਕ ਹੈ ਬਾਈ ਤੁਹਾਡੇ ਜਜ਼ਬਾਤੀ ਬੰਦੇ ਹੱਸ ਮਜ਼ਾਕ ਜੀ ਗੱਲਾਂ ਨਿਕਲ ਜਾਂਦੀਆਂ ਨੇ ਹਨਾ ਸਾਡਾ ਮਕਸਦ ਸਿਰਫ ਇਹ ਹੀ ਆ ਕਿ ਤੁਹਾਨੂੰ ਐਂਟਰਟੇਨ करना थोनू खुश रखना थोनू हसाना क्योंकि थोड़ी जिंदगी टेंशन बहुत ज्यादा है मेरी जिंदगी भी बहुत ज्यादा ने थोड़ा मन होर पासे हो जाता मैं भी हम मोटर कढ़नी है पतंदर की सत्त दिन दो बार मोटर सड़ गई हम मैं थोड़े वीडियो शूट करने तो बाद मैं खेत जाना हम मोटर कढ़नी है ठीक है ओके ठीक है भाई लेट हो जाने लव यू बाई मिलते हैं नैक्सट ब्लॉग।